ਇੱਕ ਪਿਓ ਪੁੱਤ ਦੀ ਜੋੜੀ ਟੋਰਾਂਟੋ ਵਿੱਚ ਅੱਤਵਾਦੀ ਹਮਲੇ ਦੀ ਤਿਆਰੀ ਕਰ ਰਹੇ ਸਨ। ਟੋਰਾਂਟੋ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ ਇਸਲਾਮਿਕ ਸਟੇਟ ਦੇ ਸਮਰਥਨ ਵਿੱਚ ਟੋਰਾਂਟੋ ਸਿਟੀ 'ਤੇ ਹਿੰਸਕ ਹਮਲੇ ਦੀ ਤਿਆਰੀ ਕਰ ਲਈ ਸੀ। ਆਖਿਰ ਕਿਹੜੀ ਥਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ ਇਹ ਦੱਸਣ ਤੋਂ ਤਾਂ ਪੁਲਿਸ ਵਾਲਿਆਂ ਨੇ ਇਨਕਾਰ ਕਰ ਦਿੱਤਾ, ਪਰ ਪੁਲਿਸ ਦਾ ਕਹਿਣਾ ਹੈ ਕਿ ਹੁਣ ਕੋਈ ਖਤਰਾ ਨਹੀਂ ਲੱਗ ਰਿਹਾ। ਜਿਨ੍ਹਾਂ ਕਿਹਾ ਕਿ ਓਨਟੇਰੀਓ ਦੇ ਰਿਚਮੰਡ ਹਿੱਲ ਵਿੱਚ ਐਤਵਾਰ ਨੂੰ ਇੱਕ ਹੋਟਲ ਵਿੱਚੋਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਬਾਰੇ ਕਿਹਾ ਗਿਆ ਕਿ ਉਹ ਇੱਕ ਗੰਭੀਰ ਤੇ ਹਿੰਸਕ ਹਮਲੇ ਦੀ ਤਿਆਰੀ ਕਰ ਰਹੇ ਸਨ, ਜਿਸ ਦੇ ਬਾਰੇ ਉਹਨਾਂ ਨੂੰ ਜੁਲਾਈ ਦੀ ਸ਼ੁਰੂਆਤ ਵਿੱਚ ਪਤਾ ਲੱਗਿਆ, ਜਿਨ੍ਹਾਂ ਦੀ ਇੱਕ ਵੀਡੀਓ ਅਦਾਲਤ ਵਿੱਚ ਪੇਸ਼ ਕੀਤੀ ਗਈ, ਜਿਸ ਵਿੱਚ ਉਹ ISIS ਦੇ ਝੰਡੇ ਅੱਗੇ ਤਲਵਾਰ ਤੇ ਕੁਹਾੜੀ ਹੱਥ ਵਿੱਚ ਫੜ ਕੇ ਬੋਲ ਰਹੇ ਨੇ। ਕੈਨੇਡਾ ਵਿੱਚ ਇਸਲਾਮਿਕ ਸਟੇਟ ਨੂੰ ਸਾਲ 2012 ਤੋਂ ਅੱਤਵਾਦੀ ਸੰਗਠਨ ਐਲਾਨਿਆ ਹੋਇਆ। ਅਹਿਮਦ ਅਲਦੀਦੀ 62 ਸਾਲ ਦਾ ਵਿਅਕਤੀ ਹੈ, ਜਿਸ ਦਾ ਪੁੱਤਰ ਮੁਸਤਾਫਾ ਅਲਦੀਦੀ 26 ਸਾਲ ਦਾ ਨੌਜਵਾਨ ਹੈ। ਦੋਵੇਂ ਹੁਣ ਪੁਲਿਸ ਦੀ ਗ੍ਰਿਫਤ ਵਿੱਚ ਨੇ। ਅਦਾਲਤ ਵਿੱਚ ਪੇਸ਼ ਕਾਗਜ਼ਾਂ ਮੁਤਾਬਕ ਦੋਵੇਂ ਪੂਰਬੀ ਟੋਰਾਂਟੋ ਵਿੱਚ ਇੱਕ ਘਰ ਵਿੱਚ ਰਹਿੰਦੇ ਨੇ।